ਤੇ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ, ਹੋਰ ਕੀ ਹਾਲ ਚਾਲ ਆ? ਹੋਪਫੁਲੀ ਬਾਈ ਸਾਰੇ ਘੈਂਟ ਹੋਵੋਗੇ। ਤਾਂ ਲੈ ਕੇ ਆ ਗਏ ਬਾਈ ਇੱਕ ਹੋਰ ਨਵੀਂ ਵੀਡੀਓ। ਸੋ ਇਸ ਵੀਡੀਓ ਦੇ ਵਿੱਚ ਬਾਈ ਆਪਾਂ ਚਲਾਵਾਂਗੇ ਪਿੱਕਾ, ਅਤੇ ਇਹਦੀ ਕਰਾਂਗੇ ਸਭ ਤੋਂ ਪਹਿਲਾਂ ਟੈਸਟਿੰਗ। ਬਾਈ ਇਹ ਵਾਲਾ ਪਿੱਕਾ ਬਾਈ ਹੈਗਾ ਫੋਰਡ ਦਾ, ਅਤੇ ਇਹ ਬਾਈ ਜਿਹੜਾ ਪਿੱਕਾ ਨਾ ਇਹ ਆਪਣੇ ਕਾਲੀ ਬਾਈ ਦਾ ਨਹੀਂ ਹੈਗਾ, ਇਹ ਹੈਗਾ ਬਾਈ ਉਹ ਦੇਖੋ ਤੁਹਾਨੂੰ ਸਟੋਰ ਲੱਭ ਰਿਹਾ ਨਾ। ਸੋ ਇਹ ਹੈਗਾ ਬਾਈ ਆਪਣੇ ਕਾਲੇ ਬਾਈ ਦਾ, ਜਿਵੇਂ ਤੁਸੀਂ ਨੰਬਰ ਪਲੇਟ ਦੇਖ ਹੀ ਸਕਦੇ ਬਾਈ। ਅਤੇ ਆਹ ਹੈਗਾ ਬਾਈ ਆਹ ਵਾਲੇ ਸਟੋਰ ਵਾਲੇ ਬੰਦੇ ਦਾ। ਸੋ ਬਾਈ ਆਪਾਂ ਨਾ ਟੈਸਟਿੰਗ ਲਈ ਲੈ ਕੇ ਜਾਣਾ ਪਿੱਕਾ, ਕਿ ਬਾਈ ਕਿੰਨੀ ਕੁ ਇਹਦੀ ਸਪੀਡ ਆ। ਬਾਬਾ ਸੂਟ ਵੇਚੇ ਇਹਨਾਂ ਨੇ। ਸੋ ਬਾਈ ਇਹਨਾਂ ਨੇ ਨਾ ਮੋਡੀਫਾਈ ਕਰਾਇਆ ਆਪਣਾ ਪਿੱਕਾ, ਸੋ ਆਪਣਾ ਕਾਲੀ ਬਾਈ ਇਹਨਾਂ ਦਾ ਦੋਸਤ ਹੀ ਸੀ। ਅਤੇ ਦੇਖਦੇ ਹਾਂ ਬਾਈ ਇਹਦੀ ਟੈਸਟ ਇੰਟਰਸਟਿੰਗ ਕਰਕੇ, ਅਤੇ ਮੈਂ ਵੀ ਬਾਈ ਪਿੱਕਾ ਪਹਿਲੀ ਵਾਰੀ ਚਲਾਉਣ ਲੱਗਾ, ਅਤੇ ਇਹਦੀ ਸਪੀਡ ਕਿੰਨੀ ਕੁ ਹੋਊਗੀ ਬਾਈ ਉਹ ਤਾਂ ਆਪਾਂ ਨੂੰ ਚਲਾ ਕੇ ਪਤਾ ਲੱਗੂ। ਬਾਕੀ ਅੰਦਰੋਂ ਤਾਂ ਸਿਰਾ ਯਾਰ, ਅੰਦਰੋਂ ਬਾਈ ਹੈਗੀ ਗੱਲਬਾਤ ਯਾਰ ਪਿੱਕੇ ਦੀ। ਸੋ ਦੇਖਦੇ ਹਾਂ ਬਾਈ ਚਲਾ ਕੇ ਹੁਣ ਪਿੱਕਾ ਫੇਕੋ, ਕਿ ਤੁਹਾਨੂੰ ਪਤਾ ਚਲਾ ਕੇ ਪਤਾ ਲੱਗਣੀ ਯਾਰ ਗੱਡੀ। ਬੁੱਲਾ ਬੁੱਲਾ ਬਾਈ ਇੰਨੀ ਕੁ ਜੀ ਬਾਈ ਥਾਂ ਤਾਂ ਹੀ ਦੇਖੋ 100 ਦੇ ਚੱਲ ਗਿਆ ਸੀ। ਸੋ ਬਾਈ ਪਿੱਕਾ ਤਾਂ ਨਹੀਂ ਮਾੜਾ, ਦੇਖੋ ਕਿੰਨਾ ਉੱਚਾ ਲੱਗ ਰਿਹਾ ਯਾਰ ਉਹ ਤੁਹਾਡੀ। ਭਰਾਵਾ ਬਾਈ ਕਿੱਦਾਂ ਪਲਟਦਾ ਉਹ ਬਾਈ, ਜਿੱਦਾਂ ਪਲਟਦਾ ਨਾ ਮੈਂ ਕਹਿੰਦਾ ਬਾਈ ਮਾੜਾ ਜਿਹਾ ਮੋੜ ਕੱਟੋ ਅਤੇ ਪਲਟਣ ਦੀ ਕਰਦਾ ਯਾਰ, ਕਿਉਂਕਿ ਬਾਈ ਉੱਚਾ ਜਿਹੜਾ ਨਾ ਬਹੁਤ ਜ਼ਿਆਦਾ ਯਾਰ ਇਹ ਪਿੱਕਾ। ਸੋ ਇੱਥੇ ਤਾਂ ਮੇਰੇ ਹਿਸਾਬ ਨਾਲ ਆਰਾਮ ਨਾਲ ਨਿਕਲ ਜੂਗੇ ਜਿੰਨਾ ਉੱਚਾ ਹੈਗਾ ਇਹ। ਅਤੇ ਦੇਖੋ ਬਾਈ ਬੋਡੀ ਅਗਲੋ ਜਿਹੜਾ ਬੰਪਰ ਹੈ ਨਾ ਬਾਈ ਉਹ ਵੀ ਨਹੀਂ ਟੱਚ ਹੋਣ ਦਿੱਤਾ ਇਹਨੇ, ਮਿੰਟੋ ਮਿੰਟ ਹੀ ਨਿਕਲ ਗਿਆ ਯਾਰ। ਸੋ ਬਾਈ ਘਾਟਾ ਤਾਂ ਹੈਗਾ ਹੈਗਾ, ਫਾਇਦਾ ਤਾਂ ਵਾਧੂ ਆ ਯਾਰ ਇਹਦੇ ਦਾ। ਬਾਕੀ ਬਾਈ ਆਪਾਂ ਜਿਹੜਾ ਪਿੱਕਾ ਇਹਦਾ ਨਾ ਸੁੱਟਤਾ, ਉਹ ਵਾਲੀ ਪਿਛਲੀ ਲੈਟ ਟੁੱਟ ਗਈ, ਸੋ ਪਹਿਲਾਂ ਆਪਾਂ ਉਹਨੂੰ ਰਿਪੇਅਰ ਕਰਾ ਲਈਏ, ਫੇਰ ਦੀ ਸਪੀਡ ਚੈੱਕ ਕਰਦੇ ਹਾਂ ਯਾਰ ਜਾ ਕੇ। ਫੇਰ ਤਾਂ ਯਾਰ ਟੋਚਨ ਵੀ ਕਰਾਵਾਂਗੇ, ਕਿਉਂਕਿ ਟੋਚਨ ਕਰਾਉਣ ਨਾਲ ਬਾਈ ਇਹਦੀ ਪਾਵਰ ਜਿਹੜੀ ਹੈ ਨਾ ਪਤਾ ਲੱਗ ਜੂ ਕਿੰਨੀ ਕੁ ਹੈਗੀ ਆ। ਬਾਕੀ ਯਾਰ ਪਿੱਕਾ ਫੋਰਡ ਦਾ ਮਾੜਾ ਨਹੀਂ ਹੁੰਦਾ, ਅਤੇ ਸਪੀਡ ਦੇਖਦੇ ਹਾਂ ਯਾਰ ਇਹਦੀ ਕਿੰਨੀ ਹੈ, ਕਿਉਂਕਿ ਇੱਥੇ ਤੁਹਾਨੂੰ ਪਤਾ ਹਾਈਵੇ ਹੈਗਾ। ਉਹ ਯਾਰ ਇਹਨੂੰ ਤਾਂ ਬਾਈ ਮਾੜਾ ਜਿਹਾ ਕਰੋ ਅਤੇ ਮਿੰਟੋ ਮਿੰਟ ਪਲਟਣ ਦੀ ਕਰਦਾ ਯਾਰ, ਇਹ ਤਾਂ ਬਾਹਲਾ ਔਖਾ ਯਾਰ ਚਲਾਉਣਾ। ਬਾਕੀ ਬਾਈ ਮੈਨੂੰ ਹੁਣ ਆਰਾਮ ਆਰਾਮ ਨਾਲ ਚਲਾਉਣਾ ਪੈਣਾ, ਦੇਖੋ ਮੈਂ ਮਾੜਾ ਜਿਹਾ ਮੋੜ ਕੱਢਦਾ ਨਾ ਬਾਈ ਸਾਈਡ 'ਤੇ ਪਲਟਣ ਦੀ ਕਰਦਾ ਯਾਰ। ਅਤੇ ਲਓ ਬਾਈ ਸਪੀਡ ਚੈੱਕ ਕਰਦੇ ਹਾਂ, ਔਰ ਆਲ ਰੋਡ ਨੇ ਜਿਹੜਾ ਸਿੱਧਾ ਹੀ ਜਾਂਦਾ, ਸੋ ਰੱਬ ਦੀ ਮਿਹਰ ਨਾਲ ਨਾਈਟ ਹੁੱਕੀ ਤਾਂ ਵਧੀਆ ਯਾਰ, ਕਿਉਂਕਿ ਸਪੀਡ ਟੈਸਟ ਹੋਣਾ ਹੈ। ਲਓ ਬਾਈ 200 205, ਬੁੱਲੇ 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 ਲਿਆ ਬਾਈ 200 ਤਾਂ ਆਰਾਮ ਨਾਲ ਚੱਲ ਜਾਂਦਾ ਯਾਰ, ਮੈਨੂੰ ਇੰਨੀ ਉਮੀਦ ਨਹੀਂ ਸੀ ਵੈਸੇ ਕਿ 200 ਤੱਕ ਚੱਲ ਜੂਗਾ। ਪਹੁੰਚ ਗਿਆ, ਮੈਨੂੰ ਬਾਈ ਇੰਨੀ ਉਮੀਦ ਨਹੀਂ ਸੀ ਕਿ 200 ਤੱਕ ਚੱਲ ਜੂਗਾ। ਦੇਖੋ ਬਾਈ ਮੈਂ ਮਾੜਾ ਜਿਹਾ ਮੋੜ ਕੱਟਿਆ ਅਤੇ ਕਰਤਾ ਕੰਮ ਉਹੀ ਜਿੱਤੋਂ ਮੈਂ ਡਰਦਾ ਸੀ। ਚਲੋ ਖੈਰ ਬਾਈ ਜੋ ਵੀ ਆ, ਪਰ ਸਪੀਡ ਇਹਦੀ ਵਧੀਆ ਯਾਰ। ਸੋ ਆਪਾਂ ਹੁਣ ਮਾਰਕ ਲਾਉਂਦੇ ਹਾਂ ਆਪਣੇ ਡਰਾਈਵਰ ਜੱਟ ਦੇ ਪਿੰਡ ਨੂੰ, ਅਤੇ ਹੋਰਨ ਵੀ ਦੇਖੋ ਯਾਰ ਇਹਨੇ ਟ੍ਰੇਨ ਜੀ ਵਾਲਾ ਲਵਾਇਆ ਬਾਬਿਓ। ਬਾਕੀ ਬਾਈ ਇਹਦੀ ਸਪੀਡ ਸਪੂਡ ਤਾਂ ਕਾਇਮ ਆ ਯਾਰ, ਸਪੀਡ ਵੱਲੋਂ ਨਹੀਂ ਮਾੜਾ। ਸੋ ਪਹਿਲਾਂ ਮਾਰਕ ਲਾ ਲਈਏ ਯਾਰ ਆਪਾਂ, ਅਤੇ ਉੱਥੇ ਜਾ ਕੇ ਕਰਾਉਂਦੇ ਹਾਂ ਟੋਚਨ ਆਪਾਂ ਜਿਹੜੇ ਵੀ ਟਰੈਕਟਰ ਖੜ੍ਹੇ ਹੋਏ। ਮੇਰੇ ਹਿਸਾਬ ਨਾਲ ਤਾਂ ਬਾਈ ਹੁਣ ਆਪਣਾ ਹੈਗਾ ਖੇਤੀ ਵਾਲਾ ਟਾਈਮ, ਸੋ ਟਰੈਕਟਰ ਤਾਂ ਬਾਈ ਦੇਖਦੇ ਹਾਂ ਇੱਕ ਦੋ ਘਰੇ ਮਿਲ ਜਾਣ ਤਾਂ ਵਧੀਆ, ਬਾਕੀ ਬਾਈ ਦੇਖਦੇ ਹਾਂ ਜਾ ਕੇ। ਸੋ ਯਾਰ ਇੰਨੀ ਸਪੀਡ ਮੈਂ ਸੋਚੀ ਨਹੀਂ ਸੀ ਜਿੰਨੀ ਇਹਦੀ ਚੱਲ ਗਈ, ਪਰ ਫਿਰ ਵੀ ਯਾਰ ਆਫ ਰੋਡਿੰਗ ਲਈ ਘੈਂਟ ਆ ਯਾਰ। ਸਪੀਡ ਸਪੂਡ ਲਈ ਤਾਂ ਬਾਈ ਘੱਟੇ ਚਲਾਉਂਦੇ ਲੋਕ, ਤੁਹਾਨੂੰ ਪਤਾ ਯਾਰ ਪਿੱਕੇ ਪੁੱਕੇ ਆਫ ਰੋਡਿੰਗ ਲਈ ਚਲਾਏ ਜਾਂਦੇ ਆ, ਕਿਉਂਕਿ ਜਿੰਨਾ ਉੱਚਾ ਪਿੱਕਾ ਹੁੰਦਾ ਨਾ ਆਫ ਰੋਡਿੰਗ ਲਈ ਵਧੀਆ ਰਹਿੰਦਾ। ਅਤੇ ਬਾਕੀ ਬਾਈ ਆਪਣੇ ਇੰਸਟਾਗ੍ਰਾਮ ਪੇਜ ਆ, ਜਿਨ੍ਹਾਂ ਨੇ ਹਜੇ ਤੱਕ ਫੋਲੋ ਨਹੀਂ ਕੀਤਾ, ਸੋ ਬਾਈ ਜਾ ਕੇ ਜ਼ਰੂਰ ਫੋਲੋ ਕਰਿਓ, ਉਹ ਵੀ ਸੈਂਬੀ ਗੇਮਿੰਗ ਦੇ ਨਾਮ 'ਤੇ ਆ। ਤੁਸੀਂ ਬਾਈ ਆਪਾਂ ਨੂੰ ਉੱਥੇ ਮੈਸੇਜ ਕਰ ਸਕਦੇ ਕਿੱਦਾਂ ਦੀ ਵੀਡੀਓ ਲੈ ਕੇ ਆਈਏ, ਜਾਂ ਕਿੱਦਾਂ ਦੀ ਬਾਈ ਆਪਾਂ ਨੂੰ ਚੀਜ਼ ਲਿਆਉਣੀ ਚਾਹੀਦੀ ਆ, ਸੋ ਤੁਸੀਂ ਆਪਾਂ ਨੂੰ ਉੱਥੇ ਮੈਸੇਜ ਕਰਦੇ, ਆਪਾਂ ਹਰ ਇੱਕ ਦਾ ਰਿਪਲਾਈ ਕਰੀਦਾ। ਸੋ ਇੱਕ ਵਾਰੀ ਬਾਈ ਜ਼ਰੂਰ ਚੈੱਕਆਊਟ ਕਰਿਓ ਉਹਨੂੰ ਵੀ। ਅਤੇ ਬਾਕੀ ਬਾਈ ਜੇ ਤੁਸੀਂ ਆਪਣੀ ਪਿਛਲੀ ਵੀਡੀਓ ਨੂੰ ਦੇਖੀ ਜੌਨ ਡੀਅਰ ਦੀ, ਉਹ ਵੀ ਬਾਈ ਬਹੁਤ ਸਿਰਾ ਗਈ ਸੀ ਯਾਰ, ਉਹ ਵੀ ਦੇਖਿਓ ਜਿਨ੍ਹਾਂ ਨੇ ਨਹੀਂ ਦੇਖੀ। ਬਾਕੀ ਬਾਈ ਹੁਣ ਆਪਾਂ ਪਹੁੰਚ ਚੱਲੇ ਹਾਂ ਪਿੰਡ ਮੇਰੇ ਹਿਸਾਬ ਨਾਲ। ਉਹ ਦੇਖੋ ਬਾਈ ਪਿੱਛੋਂ ਕਿੰਨਾ ਮਤਲਬ ਮਜ਼ੇਦਾਰ ਚੱਲਦਾ ਆ ਰਿਹਾ ਸੀ ਪਿੱਕਾ, ਸੋ ਇੱਥੋਂ ਮਾੜਾ ਜਿਹਾ ਬਾਈ ਮੋੜ ਆਇਆ ਅਤੇ ਬਸ ਉਹੀ ਕੰਮ ਖਰਾਬ ਕਰਤਾ ਉਹਨੇ। ਉਹੀ ਬਾਈ ਇੱਥੋਂ ਹੀ ਪਤਾ ਲੱਗਦਾ ਯਾਰ ਕਿ ਆਫ ਰੋਡਿੰਗ ਲਈ ਵਧੀਆ ਪਿੱਕੇ ਪੁੱਕੇ, ਮਤਲਬ ਸੜਕਾਂ ਦੇ ਭਜਾਉਣ ਲਈ ਨਹੀਂ ਹੈਗੇ, ਜਿੱਦਾਂ ਆਪਾਂ ਸਪੋਰਟਸ ਵਾਂਗੂ ਭਜਾਈ ਜਾਂਦੇ ਸਪੋਰਟਸ ਕਾਰਾਂ ਵਾਂਗੂ। ਉਹ ਦੇਖੋ ਜਾਂਦੀ JCB, ਇਹ ਬਾਈ ਚੱਲੀ ਢਾਣ ਕਿਸੇ ਦਾ ਘਰ।
सो पहुंच चुके भाई अपना अपने ट्रैवल यार्ड दे पेंड। सो भाई मतलब जिदा मर्जी कृपा ही ला लो कि दो ट्रैक्टर इतने खड़े से यार, एक खड़ा अपना नाठ गया, एक खड़ा जाउंडियर जिहड़ा आपां भाई पिछली वीडियो च लिया सी। सो उच्च भाई आपां पिछली वीडियो च ही मोडीफाई कराया सी इहनू। सो हुण देखदे आं, पहला तां भाई नाठ गया देखे नू बड़ा टाइम होया, ते एक भाई गलत गल अपनी आ घट आपां नू इह पै गया कि यार मोडीफाई वाला ट्रैक्टर नहीं हैगा अपने को, इत्थे सिंपल नाठ गया खड़ा जिहड़ा मोडीफाई वाला, वह भाई खेत वाहुण गया यार दूजे पिंड। सो आपां नू भाई इन्ना ही सारना पैना यार बिना मोडीफाई वाले नू, ते की कर सकते हैं यार। मैं सोचा ही मोडीफाई वाला होगा तो और ना करावे टोचन, ठीक होगी यार भाई पावर पावर इको जी हो जाती है ना भाई, ये हैगा छोटा वो भाई कि वड्डी चीज़ आ पिका। बाकी देखते हैं यार की पता है भी खिच के लै जाए अपने लो भाई, ट्राई फुल करांगे। ट्रैवर जट नूं आपां फोन करता होया कि यार आया, क्योंकि ट्रैवर जट है ही खेतों च, सो वह भी भाई आंदा ही होगा। आपां उत्तक तुहानूं जोंडियर चला के दिखाने। सो देखो भाई जोंडियर चापा लवाइया भाई जामनी लाइटा, देखो थले कदा ब्लिंक कर दी। तो सिरा भाई आ भी लाइटा यार माड़िया तो आ भी नहीं, बाकी भाई जोंडियर देखना है ना असली, तो भाई पिछली वीडियो देखियो जाके जो भाई यदा नाइट व्यू दिखाया मैं, जो यदा धुआं निकलता दिखाया यार, बाले लंब कड़े ही यार, बहुत लंब कड़े भाई पिछली वीडियो जोंडियर दे। तो जिन्होंने देखी यार बहुत घेंट वीडियो सी जाके देखियो। तो लो भाई ट्रैवर जट जिहड़ा अपना भाई आ चुके हैं, तो करते हैं भाई हुण टोचन स्टार्ट, क्योंकि ज़्यादा समा नहीं पाना आपां। सो अज भाई आपां किहड़ा चलाईए यार, पिका चलाईए कि नाठ गियरा चलाईए, क्योंकि पहला टोचन आपां नाठ गियरा ना पाईदा। तो लै यार मैं तुहानूं पता ही है जिहड़ा काली जट अपना भाई वह हैगा गड्डियां च मशहूर, तो जिहड़ा ट्रैवर उहनूं भाई शौक है कि ट्रैक्टर ट्रूटर चलाउंदा। सो आपां भाई चलाने पिका, तो अपना ट्रैवर जट चलाऊगा भाई ट्रैक्टर। तो पहला टोचन भाई आप करांगे नाठ गियरा, तो देखते हैं नाठ गियरा खिच पाता कि नहीं। सो भाई जे ना भी खिच पाया ना, पर कुछ कह नहीं सकता यार, खिच भी सकता वा क्योंकि नाठ गियरा उस पावर तो है। बाकी भाई ये विदाउट मोडीफाई आ, तो बाकी देखते हैं ये रिजल्ट तो बाद दसांगे आप किया जाए यार तो अगे, क्योंकि पावर आप देखनी पिके की असल च। सो भाई टोचन जिहड़ा स्टार्ट हो गया होया वा, नहीं नहीं भाई यार इतने मेरे हिसाब से नाठ गियर मोडीफाई वाला ही घेंट लगना है, क्योंकि यार पिका तो उदे खिंची जाता नाठ गियर। वो देखो भाई ये तो मैं कहना ये जिदा किड़ी खिंच रहा वा, क्योंकि नाठ गियर जो अपना ये है छोटा जहा, देखो भाई पिका किड्डा वड्डा लगता वो मोहरे। तो यार फर्क तो हैगा, वो मोडीफाई भी नहीं हैगा, उस तो भाई सिंपल इंजन लगा हुआ। वो देखो भाई खिच ही नहीं पा रहा भाई, नाठ गियर का बिल्कुल भी जोर है नहीं। पर भाई जे मोडीफाई वाला हुंदा ना फिर टक्कर होनी बराबर दी। चलो कोई ना भाई, वो भी खेत बन गया यार, नहीं तो आप और ना करानी सी। सो भाई ओ देखो, सो भाई हुण अपनी दूजी बारी आ गई जोंडियर दी। सो मैनू उम्मीद आ भाई जोंडियर खिच पाओ, क्योंकि जोंडियर एक तो हैगा अपना भाई डुअल टायर अगले, सो दूजा हैगा भाई वो गलबात की वह हैगा मोडीफाई। सो लो भाई टोचन आप जिहड़ा पालिया होया, तो हुण भाई ड्राइवर नूं कहांगे कि मिंटो मिंटी बह जा भाई, तो करदे आ टोचन स्टार्ट फिर बाबे। सो भाई आप पहला बैक कर लीए गड्डी, देखदे आ यार किन्ना खिच पाता अपना जोंडियर। नहीं भाई जोंडियर च जान हैगी यार, जिदा मर्जी कह लीए, मैं पहला गड्डी बैक की पर जोंडियर च जान हैगी है। सो हुण लाने भाई टोचन आप, गड्डी का भी जोर लाने पूरा हुण। वो देखो भाई जोंडियर खिंचता यार, भाई जोंडियर च जान हैगी है, क्योंकि भाई वह भी मोडीफाई है, तो वह इंजन आपां वड्डा रखाया होया। वो देखो मैं जो ब्रेक छड्डदा भाई अपना पिका पिछे नूं जांदा, भला पिका भाई खिंच पाता पिया, पर फिर भी भाई ट्रैक्टर ने भी खिंचया यार। वो देखो ट्रैक्टर खिंचता भाई है भाई यार, जोंडियर च है गलबात थोड़ी जी सही है बाबे, जोंडियर तो अपना कामयाब है पूरा। जे भाई नाठ गियरा मोडीफाई हुंदा ना खिंच, उन्हें भी लैना सी। ओ बल्ले जोंडियर देखो भाई पूरी टक्कर दिंदा जोंडियर, नहीं तो भाई नाठ गियरा नूं धूवे लै गया ही मिंटो मिंटी। हुण देखो भाई जोंडियर टक्कर दिंदा पिया पूरी, ओ बल्ले जोंडियर। तो भाई जोंडियर ने भाई धक्क पाती पूरी पूरी, हजे भी भाई कॉम्पीटिशन जारी है। वो देखो वो देखो वो देखो भाई मिंटो मिंट, वो देखो धूवे लै गया ट्रैवर ने भाई, इक्को दम ही स्पीड खिंची यार,
बल्ले 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 भाई। नहीं रिसा यार, जोंडियर दियाँ जो मर्जी है, जोंडियर ने भाई खिंचता फिर भी हूँ आप टोकजन छड़ते हैं, क्योंकि भाई आप इतने कोई मुकाबला करा नहीं आए सी, आप सिर्फ टेस्ट ही करना है कि यार पिके अपने जान हैगी कि नहीं। सो भाई फिर भी यार पिका इन्ना माड़ा भी नहीं निकलिया यार, जान हैगी या पिके जो मर्जी, ओए बाबे ध्यान ना नाठ गेरा तोड़ ना लिया अपना ही। सो पिके अपने जान हैगी है यार, जिदा मर्जी अपना नहीं पर अपने दोस्त का जिदा भी आ। सो ठीक है यार, पिके ने नाठ गेरा खिंचता पर जोंडियर च भी भाई पूरी टक्कर दी। बाकी भाई अज की वीडियो सिर्फ इन्ना ही, बाकी जो वीडियो वधिया लगी जे लाइक शेयर कमेंट जरूर करो। तो भाई मिलते हैं फिर अगली वीडियो जल्दी, चंगा भाई सारिआं नूं।